ਨੂੰ ਜਮਾ ਸਿਦੇਜ ਕੀ ਪਰਮੇਸ਼ਰ ਜੀ ਦੀ ਕਿਰਪਾ ਨਾਲ ਤੁਸੀਂ ਸਭ ਚੰਗੇ ਹੋਵੋਗੇ ਤੇ ਪਰਮੇਸ਼ਰ ਜੀ ਦੀ ਕਿਰਪਾ ਤੁਹਾਡੇ ਤੇ ਹੋਵੇਗੀ ਹਾਲੇਲੂਇਆ ਤੇ ਤੁਸੀਂ ਆਪਣੇ ਲਾਈਵ ਦੇ ਵਿੱਚ ਬਹੁਤ ਵੱਡੇ ਵੱਡੇ ਚਮਤਕਾਰਾਂ ਨੂੰ ਦੇਖਦੇ ਹੋਵੋਗੇ ਤੇ ਇੱਕ ਵੱਡੀ ਬਲੈਸਿੰਗ ਨੂੰ ਦੇਖਦੇ ਹੋਵੋਗੇ ਹਾਲੇਲੂਇਆ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅੱਜ ਮੇਰਾ ਬਰਥਡੇ ਆ ਪਰਮੇਸ਼ਰ ਨੇ ਮੈਨੂੰ ਖੜਿਆ ਕੀਤਾ ਔਰ ਮੇਰੀ ਲਾਈਫ ਦੇ ਵਿੱਚ 11 ਈਅਰਸ ਕੰਪਲੀਟ ਹੋ ਚੁੱਕੇ ਆ ਤੇ ਅੱਜ ਮੈਨੂੰ ਪਰਮੇਸ਼ਰ ਨੇ 12ਵੇਂ ਸਾਲ ਦੇ ਵਿੱਚ ਐਂਟਰ ਕਰਵਾਇਆ ਖੁਦਾ ਦਾ ਧੰਨਵਾਦ ਕਰਦਾ ਸੋ ਤੁਸੀਂ ਪਰਮੇਸ਼ਰ ਜੀ ਦੇ ਅੱਗੇ ਪ੍ਰਾਰਥਨਾ ਕਰੋ ਤੇ ਮੈਂ ਬਲੈਸ ਕੀਤੀ ਜਾਵਾਂ ਤੇ ਜਿਨ੍ਹਾਂ ਦਾ ਅੱਜ ਬਰਥਡੇ ਆ ਮੈਂ ਉਹਨਾਂ ਨੂੰ ਬਹੁਤ ਸਾਰੀ ਬਲੈਸਿੰਗ ਦੇ ਦਿੰਦੀ ਹਾਂ ਪ੍ਰਭੂ ਯਸ਼ੂ ਦੇ ਨਾਮ ਦੇ ਵਿੱਚ ਤੇ ਜਿਨ੍ਹਾਂ ਦਾ ਕੱਲ ਸੀ ਜਾਂ ਹੋਣ ਵਾਲੇ ਦਿਨਾਂ ਵਿੱਚ ਆਉਣਾ ਆ ਪ੍ਰਭੂ ਉਹਨਾਂ ਨੂੰ ਬਹੁਤ ਬਲੈਸ ਕਰਨੀ ਯਸ਼ੂ ਦੇ ਨਾਮ ਦੇ ਵਿੱਚ ਹਾਲੇਲੂਇਆ ਸੋ ਆਓ ਆਪਾਂ ਪਰਮੇਸ਼ਰ ਦੀ ਮਹਿਮਾ ਕਰੀਏ ਸੋ ਆਪਾਂ ਉਸਦੇ ਖੁਸ਼ੀ ਦੇ ਗੀਤ ਗਾਵਾਂਗੇ ਧੰਨਵਾਦ ਯਸ਼ੂ ਦਾ ਧੰਨਵਾਦ ਯਸ਼ੂ ਦਾ ਧੰਨਵਾਦ ਯਸ਼ੂ ਦਾ ਧੰਨਵਾਦ ਯਸ਼ੂ ਦਾ ਯਸ਼ੂ ਮਸੀਹ ਨੇ ਖਾਕ ਚ ਚੁੱਕ ਬੰਤਾਂ ਵਿੱਚ ਬਿਠਾਇਆ ਯਸ਼ੂ ਮਸੀਹ ਨੇ ਖਾਕ ਚ ਚੁੱਕ ਬੰਤਾਂ ਵਿੱਚ ਬਿਠਾਇਆ ਧੰਨਵਾਦ ਯਸ਼ੂ ਦਾ ਧੰਨਵਾਦ ਯਸ਼ੂ ਦਾ ਧੰਨਵਾਦ ਯਸ਼ੂ ਦਾ ਧੰਨਵਾਦ ਯਸ਼ੂ ਦਾ ਯਸ਼ੂ ਮਸੀਹ ਹੈ ਮੁਕਤੀ ਦਾਤਾ ਜੀਵਨ ਸਫਲ ਬਣਾਉਂਦਾ ਯਸ਼ੂ ਮਸੀਹ ਹੈ ਮੁਕਤੀ ਦਾਤਾ ਜੀਵਨ ਸਫਲ ਬਣਾਉਂਦਾ ਮੂਰਖ ਨੂੰ ਉਹ ਹੱਥੀ ਚੁੱਕ ਕੇ ਆਦਰਵਾਨ ਬਣਾਉਂਦਾ ਪੈਸੇ ਜਾਂਦੇ ਅਸੀਂ ਕੁਰਾਹੇ ਪੈਸੇ ਜਾਂਦੇ ਹੋਵੇ ਨਾਨੂ ਕਿਸਾਨ ਕਦੇ ਵੀ ਰਾਖਾ ਸਾਡੇ ਕਰਦਾ ਸਾਰਾ ਬੋਝ ਮੇਰੇ ਤੇ ਸੁੱਟ ਦਿਓ ਸਾਰਾ ਬੋਝ ਮੇਰੇ ਤੇ ਸੁੱਟ ਦਿਓ ਯਸ਼ੂ ਨੇ ਫਰਮਾਇਆ ਧੰਨਵਾਦ ਯਸ਼ੂ ਦਾ ਧੰਨਵਾਦ ਯਸ਼ੂ ਦਾ ਧੰਨਵਾਦ ਯਸ਼ੂ ਦਾ ਧੰਨਵਾਦ ਯਸ਼ੂ ਦਾ ਹਾਲੇਲੂਇਆ ਸੋ ਪਰਮੇਸ਼ਰ ਦੀ ਕਿਰਪਾ ਤੁਹਾਡੇ ਤੇ ਹੋਵੇ ਹਾਲੇਲੂਇਆ ਆਓ ਆਪਾਂ ਪਰਮੇਸ਼ਰ ਜੀ ਦੇ ਵਚਨ ਵਿੱਚ ਚੱਲੇ ਆ ਤੇ ਅੱਜ ਆਪਾਂ ਪਰਮੇਸ਼ਰ ਜੀ ਦੇ ਵਚਨਾਂ ਵਿੱਚੋਂ ਸਿੱਖਾਂਗੇ ਕਿ ਆਪਾਂ ਜਿਹੜੇ ਲੋਕ ਤਾਂ ਮੇਰਾ ਬੁਰਾ ਨਾ ਮੰਨਿਓ ਗੱਲ ਦਾ ਕਿਉਂ ਜੋ ਬਾਈਬਲ 'ਚ ਲਿਖਿਆ ਕਿ ਜਦੋਂ ਤੁਸੀਂ ਦੀਵੇ ਬਾਲਦੇ ਆ ਤੇ ਤੁਹਾਡਾ ਜੋ ਤੁਸੀਂ ਦੀਵੇ ਬਾਲਦੇ ਆ ਤੁਹਾਡਾ ਇੰਨਾ ਕੁ ਚਾਨਣ ਦੀਵੇ ਦਾ ਪਰਮੇਸ਼ਰ ਤੀਕਰ ਪਹੁੰਚ ਜਾਂਦਾ ਹੋਊਗਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਦੀਵੇ ਦਾ ਇੰਨਾ ਕੁ ਚਾਨਣ ਜਿਹੜਾ ਆ ਉਹ ਪਰਮੇਸ਼ਰ ਤੀਕਰ ਪਹੁੰਚ ਜਾਂਦਾ ਹੋਊਗਾ ਪਰਮੇਸ਼ਰ ਕੋਲ ਜਾਂਦਿਆ ਸੂਰਜ ਆ ਉਹ ਆਪਣੇ ਆਪ ਜਿੰਨਾ ਮਰਜ਼ੀ ਚਾਨਣ ਲੈ ਸਕਦਾ ਆਰੋਹੋ ਉਹ ਦੇਵੀ ਦੇਵਤਾ ਉਹ ਰੱਬ ਕਿਹੜਾ ਜਿਹੜਾ ਦੀਵੇ ਨਾਲ ਚਾਨਣ ਮੰਗਦਾ ਯਸ਼ੂ ਪ੍ਰਭੂ ਨਹੀਂ ਕਹਿੰਦੇ ਕਿ ਤੁਸੀਂ ਦੀਵੇ ਵਾਲੋ ਹਾਲੇਲੂਇਆ ਬਾਈਬਲ ਦੇ ਵਿੱਚ ਇਹ ਵੀ ਗੱਲ ਲਿਖੀ ਆ ਕਿ ਲੋਕਾਂ ਦਾ ਰੱਬ ਲੋਕਾਂ ਤੋਂ ਹੀ ਦੀਵੇ ਦੇ ਰਾਹੀਂ ਚਾਨਣ ਮੰਗਦਾ ਉਹ ਕਾਹਦਾ ਰੱਬ ਹੈ ਜਿਹੜਾ ਲੋਕਾਂ ਤੋਂ ਚਾਨਣ ਮੰਗਦਾ ਹੈ ਕਿਉਂ ਜੋ ਰੱਬ ਦੇ ਕੋਲ ਚਾਂਦਿਆ ਸੂਰਜ ਆ ਉਹ ਆਪਣੇ ਆਪ ਚਾਨਣ ਲੈ ਸਕਦਾ ਆ ਹਾਲੇਲੂਇਆ ਆ ਤੁਹਾਡਾ ਇੱਡਾ ਚਾਨਣ ਨਹੀਂ ਪਹੁੰਚਦਾ ਪਰਮੇਸ਼ਰ
ਪਰਮੇਸ਼ਵਰ ਦੀ ਕਰ। ਪਰਮੇਸ਼ਵਰ ਤੁਹਾਨੂੰ ਚਾਨਣ ਦਿੰਦੇ ਆ, ਉਹ ਤੁਹਾਡੇ ਤੋਂ ਮੰਗਦੇ ਨਹੀਂ ਆ। ਯਸ਼ੂ ਤੁਹਾਡੇ ਤੋਂ ਚਾਨਣ ਨਹੀਂ ਮੰਗਦਾ, ਉਹ ਤੁਹਾਨੂੰ ਆਪ ਚਾਨਣ ਦੇਣ ਵਾਲਾ ਖੁਦਾ ਆ। ਹਾਲੇਲੂਇਆ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਕਦੇ ਵੀ ਆਪਾਂ ਪਰਮੇਸ਼ਵਰ ਨੂੰ ਨਹੀਂ ਛੱਡਣਾ। ਆਓ ਆਪਾਂ ਪ੍ਰਾਰਥਨਾ ਕਰੀਏ। ਦੇਖੋ, ਅਗਰ ਤੁਸੀਂ ਮੰਗਦੇ ਹਾਂ ਤਾਂ ਤੁਹਾਨੂੰ ਦਿੱਤਾ ਜਾਂਦਾ। ਓ ਹਾਲੇਲੂਇਆ, ਹਾਲੇਲੂਇਆ ਪਿਤਾ, ਧੰਨਵਾਦ ਖੁਦਾਵਨ ਖੁਦਾ। ਪ੍ਰਭੂ ਜੀ, ਤੇਰਾ ਧੰਨਵਾਦ ਕਰਦੇ ਆ ਮੇਰੇ ਪਿਤਾ ਪਰਮੇਸ਼ਵਰ। ਤੂੰ ਸਰਵ ਸ਼ਕਤੀਮਾਨ ਖੁਦਾ ਆ, ਤੂੰ ਮਹਾਨ ਆ, ਤੂੰ ਸਰਵ ਸ਼ਕਤੀਮਾਨ ਆ, ਤੂੰ ਕਿਰਪਾਲੂ ਆ, ਤੂੰ ਦਿਆਲੂ ਆ ਖੁਦਾ। ਪ੍ਰਭੂ ਜੀ, ਪ੍ਰਭੂ ਤੇਰੀ ਕਿਰਪਾ ਦੇ ਨਾਲ ਮੇਰੇ ਖੁਦਾ ਮੈਂ ਇੱਥੇ ਖੜੀ ਇਹਨਾਂ ਲੋਕਾਂ ਦੇ ਵਿਚਕਾਰ। ਪ੍ਰਭੂ ਤੂੰ ਮੈਨੂੰ ਚੁਣਿਆ ਆਪਣੀ ਸੇਵਕਾਈ ਦੇ ਲਈ, ਤੇ ਆਉਣ ਵਾਲੇ ਦਿਨਾਂ ਵਿੱਚ ਮੇਰੇ ਪ੍ਰਭੂ ਜੀ ਮੈਨੂੰ ਬਚਾ ਕੇ ਰੱਖਣਾ, ਸਾਰੀ ਕਲੀਸਿਆ ਨੂੰ ਬਚਾ ਕੇ ਰੱਖਿਓ ਮੇਰੇ ਖੁਦਾ। ਪ੍ਰਭੂ ਜੀ ਤੂੰ ਮੇਰੇ 11 ਇਅਰਸ ਹੈਪੀਨੈਸ ਦੇ ਨਾਲ ਪੂਰੇ ਕਰਾਏ, ਕੰਪਲੀਟ ਕਰਵਾਏ। ਇਹ 12th ਇਅਰ ਆ ਮੇਰਾ, ਤੇ ਆਨੰਦ ਦਾ ਸਾਲ ਆ। ਜਿੰਨਿਆਂ ਦੇ ਬਰਥਡੇ ਆ, ਜਨਮ ਦਿਨ ਆ, ਜਿਹੜਾ ਵੀ ਆ ਉਹਨਾਂ ਨੂੰ ਲੱਗਿਆ, ਹੁਣ ਤੋਂ ਲੈ ਕੇ ਤੁਹਾਡੇ ਐਂਡ ਤੱਕ ਤੁਹਾਡੇ ਆਨੰਦ ਦੇ ਇਅਰ ਆਉਣਗੇ ਪ੍ਰਭੂ ਯਸ਼ੂ ਦੇ ਨਾਮ ਦੇ ਵਿੱਚ। ਹੋ ਪ੍ਰਭੂ ਯਸ਼ੂ ਦੇ ਨਾਮ ਦੇ ਵਿੱਚ, ਤੁਸੀਂ ਮੰਗ ਲਿਆ ਤੁਹਾਨੂੰ ਦਿੱਤਾ ਗਿਆ ਯਸ਼ੂ ਦੇ ਨਾਮ ਚ, ਤੁਸੀਂ ਲੱਭਿਆ ਤੁਸੀਂ ਪਾ ਲਿਆ ਯਸ਼ੂ ਦੇ ਨਾਮ ਦੇ ਵਿੱਚ, ਤੁਸੀਂ ਖਟਖਟਾਇਆ ਤੇ ਸਵਰਗ ਦਾ ਬੂਹਾ ਤੁਹਾਡੇ ਲਈ ਖੋਲਿਆ ਗਿਆ ਪ੍ਰਭੂ ਯਸ਼ੂ ਮਸੀਹ ਜੀ ਦੇ ਨਾਮ ਦੇ ਵਿੱਚ। ਧੰਨਵਾਦ ਖੁਦਾਵਨ ਖੁਦਾ। ਪ੍ਰਭੂ ਤੇਰਾ ਧੰਨਵਾਦ ਕਰਦੇ ਆ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਇਹਨਾਂ ਦੇ ਘਰ ਨੂੰ, ਪਰਿਵਾਰ ਨੂੰ, ਕਾਰੋਬਾਰ ਨੂੰ, ਮਾਲ ਡੰਗਰ ਨੂੰ ਤੇਰੇ ਪਾਕ ਪਵਿੱਤਰ ਜ਼ਿੰਦਾ ਲਹੂ ਦੇ ਥੱਲੇ ਛੁਪਾ ਦਿੰਦਾ। ਤੇਰਾ ਸਵਰਗ ਤੇ ਇਹਨਾਂ ਦੀ ਰੱਖਿਆ ਕਰਨ ਮੇਰੇ ਖੁਦਾਵਨ ਖੁਦਾ। ਇਹ ਸਾਰੀ ਪ੍ਰਾਰਥਨਾ ਯਸ਼ੂ ਦੇ ਨਾਮ ਵਿੱਚ, ਆਮੇਨ। ਸੋ ਜਿਹਨਾਂ ਦੇ ਬਰਥਡੇ ਸੀਗੇ ਮੈਂ ਉਹਨਾਂ ਨੂੰ ਬਲੈਸ ਕੀਤਾ, ਪ੍ਰਭੂ ਨੇ ਉਹਨਾਂ ਨੂੰ ਬਲੈਸ ਕੀਤਾ। ਤੇ ਜਿਹੜਾ ਵੀ ਤੁਹਾਡਾ ਈਅਰ ਹੁਣ ਚੱਲੇਗਾ, ਚਾਹੇ ਤੁਹਾਡਾ 36 ਈਅਰ ਆ, 5th ਈਅਰ ਆ, ਜਿਹੜਾ ਮਰਜ਼ੀ ਈਅਰ ਆ, ਇਹ ਤੁਹਾਡਾ ਆਨੰਦ ਦਾ ਈਅਰ ਹੋਵੇਗਾ ਯਸ਼ੂ ਦੇ ਨਾਮ ਦੇ ਵਿੱਚ। ਹਾਲੇਲੂਇਆ। ਤੇ ਸ਼ੈਤਾਨ ਤੁਹਾਡੇ ਪਿੱਛੇ ਨਹੀਂ ਲੱਗੇਗਾ। ਸੋ ਗੋਡ ਬਲੈਸ ਯੂ ਆਲ, ਜਿਹਨਾਂ ਦਾ ਬਰਥਡੇ ਆ ਸਪੈਸ਼ਲ, ਉਹਨਾਂ ਨੂੰ ਬਲੈਸਿੰਗ ਮਿਲ ਰਹੀ ਆ ਪ੍ਰਭੂ ਯਸ਼ੂ ਦੇ ਨਾਮ ਚ। ਸੋ ਗੋਡ ਬਲੈਸ ਯੂ, ਰੱਬ ਤੁਹਾਨੂੰ ਬਰਕਤ ਦੇਣ। ਜਾਮਸੀ ਦੀ ਬਾਏ।